ਹੈਲੋ ਫਰੈਂਡਸ ਵੈਲਕਮ ਟੂ ਯੂ ਇਨ ਹਾਈ ਫਾਈ ਜੀਕੇ ਗੁਰੂ ਜੀ ਅੱਜ ਦੀ ਸਪੈਸ਼ਲ ਸੀਰੀਜ਼ ਦੇ ਵਿੱਚ ਆਪਾਂ ਜਲਾਲਉਦੀਨ ਫਰੋਜ਼ ਖਿਲਜੀ ਬਾਰੇ ਡਿਟੇਲ ਵਿੱਚ ਡਿਸਕਸ ਕਰਨਾ ਵਾ ਇਹ ਉਹ ਸ਼ਾਸਕ ਆ ਜਿਨੇ ਗੁਲਾਮ ਵੰਸ਼ ਦਾ ਅੰਤ ਕੀਤਾ ਸੀ ਐਂਡ ਨਾਲ ਹੀ ਨਾਲ ਜਿਹੜਾ ਸੀਗਾ ਖਿਲਜੀ ਵੰਸ਼ ਦੀ ਸਥਾਪਨਾ ਕੀਤੀ ਸੀਗੀ ਠੀਕ ਹੈ ਇਹ ਜਿਹੜੀਆਂ ਮੈਂ ਤੁਹਾਨੂੰ ਡੀਪਲੀ ਸਟੱਡੀ ਕਰਵਾ ਰਹੀ ਆ ਸਪੈਸ਼ਲ ਸੀਰੀਜ਼ ਆਪਾਂ ਸ਼ੁਰੂ ਕਰੀ ਹੋਈ ਆ ਜਿਹਦੇ ਵਿੱਚ ਆਪਾਂ ਕੀ ਆ ਕੀ ਹਿਸਟਰੀ ਦੇ ਨਾਲ ਰਿਲੇਟਡ ਜਿੰਨੇ ਵੀ ਫੇਮਸ ਪਰਸਨ ਨੇ ਠੀਕ ਹੈ ਚਾਹੇ ਐਂਸ਼ੀਅਟ ਹਿਸਟਰੀ ਨਾਲ ਨੇ ਮੀਡੀਵਲ ਨਾਲ ਨੇ ਚਾਹੇ ਮਾਡਰਨ ਨਾਲ ਨੇ ਉਹਨਾਂ ਸਾਰਿਆਂ ਬਾਰੇ ਡਿਟੇਲ ਨਾਲ ਡਿਸਕਸ ਕਰਨਾ ਵਾ ਤਾਂ ਕਿ ਤੁਹਾਡਾ ਇੱਕ ਵੀ ਕੁਐਸਚਨ ਨਾ ਜਿਹੜਾ ਬਾਹਰ ਨਾ ਜਾਵੇ ਕਿਉਂਕਿ ਜੇ ਆਪਾਂ ਸਟੋਰੀ ਟਾਈਪ ਪਹਿਲਾਂ ਸੁਣਿਆ ਹੁੰਦਾ ਨਾ ਉਹ ਬਹੁਤ ਜ਼ਿਆਦਾ ਇਫੈਕਟਿਵ ਰਹਿੰਦਾ ਉਹ ਡਾਟਾ ਤੇ ਕੁਐਸਚਨ ਵੀ ਯਾਦ ਕਰਨੇ ਈਜ਼ੀ ਹੋ ਜਾਂਦੇ ਆ ਠੀਕ ਹੈ ਇਹ ਜਿਹੜੇ ਮੈਂ ਕਵਰ ਕਰਵਾ ਰਹੀ ਹਾਂ ਤੁਹਾਡੇ ਮਾਸਟਰ ਕਿਡਰ ਦੇ ਇਗਜ਼ਾਮ ਲਈ ਈਟੀਟੀ ਦੇ ਸੈਕੰਡ ਇਗਜ਼ਾਮ ਲਈ ਇਹ ਤਾਂ ਬਿਨਾਂ ਪੀਐਸਟੈਟ ਸੀਟੈਟ ਠੀਕ ਹੈ ਪੰਜਾਬ ਪਟਵਾਰੀ ਜਾਂ ਫਿਰ ਆਪਾਂ ਜਿਵੇਂ ਕਹਦੀ ਕਿ ਪੀਸੀਐਸ ਨਾਉਣ एग्जाम ਆਇਆ ਹੋਇਆ ਬਾ ਉਹਦੇ ਲਈ ਵੀ ਇਹ ਡੀਪਲੀ ਜਿਹੜੀ ਹਿਸਟਰੀ ਆ ਬਹੁਤ ਇੰਪੋਰਟੈਂਟ ਆ ਤਾਂ ਆਓ ਅੱਜ ਦੀ ਇਹ ਸੀਰੀਜ਼ ਨੂੰ ਸ਼ੁਰੂ ਕਰਦੇ ਆਂ ਜਲਾਲਉਦੀਨ ਫਿਰੋਜ਼ ਖਿਲਜੀ ਦੇਖੋ ਪਹਿਲਾਂ ਆਪਾਂ ਪਿਛਲੀ ਵੀਡੀਓ ਵਿੱਚ ਬਲਬੰਦ ਦੇ ਬਾਰੇ ਡਿਸਕਸ ਕਰਿਆ ਠੀਕ ਹੈ ਉਹ ਤੋਂ ਬਾਅਦ ਜਿਹੜੇ ਹੋਰ ਵੀ ਥੋੜੇ ਬਹੁਤ ਸ਼ਾਸਕ ਬਣੇ ਉਹਨਾਂ ਬਾਰੇ ਦੇਖ ਲੈਣੇ ਆ ਕਿ 1286 ਵਿੱਚ ਜਿਹੜਾ ਬਲਬੰਸੀ ਉਹਦੀ ਮੌਤ ਹੋ ਗਈ ਸੀ ਜਿਵੇਂ ਉਹਦੀ ਮੌਤ ਹੋਈ ਨਾ ਉਹਦੇ ਮੌਤ ਦੇ ਨਾਲ ਹੀ ਜਿਹੜਾ ਸੀਗਾ ਗੁਲਾਮ ਵੰਸ ਸੀਗਾ ਉਹਦਾ ਪਤਨ ਹੋਣਾ ਸ਼ੁਰੂ ਹੋ ਗਿਆ ਸੀ ਕਿਉਂਕਿ ਜਿਹੜੇ ਗਾਂਵਾਲੇ ਸ਼ਾਸਕ ਆਏ ਸੀ ਨਾ ਉਹ ਇੰਨੇ ਸ਼ਕਤੀਸ਼ਾਲੀ ਨਹੀਂ ਸੀਗੇ ਬਲਬੰਦ ਦਾ ਉੱਤਰਾਧਿਕਾਰੀ ਜਿਹੜਾ ਸੀ ਬੁਗਰਾਖਾਂ ਦਾ ਪੁੱਤਰ ਕੈਕੂਬਦ ਬਣਿਆ ਬੁਗਰਾਖਾਂ ਜਿਹੜਾ ਸੀ ਬਲਬੰਦ ਦਾ ਪੁੱਤਰ ਸੀ ਠੀਕ ਆ ਕੈਕੂਬਦ ਸੀ ਜਿਹੜਾ ਉਹ ਬੁਗਰਾਖਾਂ ਦਾ ਪੁੱਤਰ ਸੀ ਫਿਰ ਉਹ ਬਲਬੰਦ ਦਾ ਕੀ ਸੀ ਬਲਬੰਦ ਦਾ ਤਾਂ ਉਹ ਪੁੱਤਾ ਹੀ ਲੱਗਿਆ ਨਾ ਕੈਕੂਬਦ ਜਿਹੜਾ ਸੀ ਬਲਬੰਦ ਦਾ ਪੁੱਤਾ ਸੀ ਅੱਗੇ ਹੈ ਕੈਕੂਬਦ ਕਮਜ਼ੋਰ ਅਤੇ ਬਿਲਾਸਪਸੰਦ ਸ਼ਾਸਕ ਸੀ ਦੇਖੋ ਕਿਆਂ ਸੀ ਨਾ ਪਤਨ ਹੋਣ ਲੱਗਿਆ ਉਹ ਕਮਜ਼ੋਰ ਸ਼ਾਸਕ ਸੀਗਾ ਜਿਹੜਾ ਬਾਦ ਵਾਲਾ ਬਣਿਆ ਫਿਰ ਉਹ ਬਿਲਾਸਪਸੰਦ ਸੀਗਾ ਕੈਕੂਬਦ ਦਾ ਦਰਬਾਰ ਖਲਜੀਆਂ ਅਤੇ ਤੁਰਕਾਂ ਦੀਆਂ ਸਾਜ਼ਿਸ਼ਾਂ ਦਾ ਅਖਾੜਾ ਬਣ ਗਿਆ ਸੀ ਦੇਖੋ ਜਦੋਂ ਜਿਹੜਾ ਸੁਲਤਾਨ ਸੀ ਉਹ ਤਾਂ ਕਮਜ਼ੋਰ ਵੀ ਸੀਗਾ ਬਿਲਾਸਪਸੰਦ ਵੀ ਸੀਗਾ ਤਾਂ ਜਿਹੜੇ ਉੱਥੇ ਸਰਦਾਰ ਸੀ ਉਹਦੇ ਦਰਬਾਰ ਦੇ ਉਹਨਾਂ ਨੇ ਤਾਂ ਆਪਣੇ ਆਪ ਹੀ ਕੀ ਸੀਗਾ ਕਿ ਸ਼ਾਸਨ ਕਰਨ ਲੱਗ ਜਾਣਾ ਸੀ ਕਿਉਂਕਿ ਉਹਨਾਂ ਤੇ ਕੋਈ ਖਾਸ ਕੰਟਰੋਲ ਨਹੀਂ ਰਿਹਾ ਸੀ ਅੱਗੇ ਹੈ ਇਹ ਦਾਸਵੰਚ ਦਾ ਜਿਹੜਾ ਸੀ ਆਖਰੀ ਸ਼ਾਸਕ ਸੀਗਾ ਕਾਕੂਬਾਦ ਜਿਹੜਾ ਸੀਗਾ 1290 ਈਸਵੀ ਵਿੱਚ ਜਲਾਲਉਦੀਨ ਖਿਲਜੀ ਨੇ ਕਾਕੂਬਾਦ ਦੀ ਹੱਤਿਆ ਕਰ ਦਿੱਤੀ ਤੇ ਖਿਲਜੀ ਵੰਸ਼ ਦੀ ਨੀ ਰੱਖੀ ਦੇਖੋ ਹੁਣ ਜਿਹੜਾ ਜਲਾਲਉਦੀਨ ਖਿਲਜੀ ਸਾਹ ਨੇ 1290 ਈਸਵੀ ਵਿੱਚ ਕੀ ਕੀਤਾ ਕਿ ਕਾਕੂਬਾਦ ਦੀ ਹੱਤਿਆ ਕਰ ਦਿੱਤੀ ਤੇ ਕਿਹਦੀ ਨੀ ਮ ਰੱਖੀ ਖਿਲਜੀ ਵੰਸ਼ ਦੀ ਨੀ ਰੱਖੀ ਅੱਗੇ ਕੰਟੀਨਿਊ ਕਰਦੇ ਆ ਹੁਣ ਜਿਹੜੇ ਖਿਲਜੀ ਵੰਸ਼ ਦੇ ਸ਼ਾਸਕ ਸੀ ਉਹਨਾਂ ਨੇ ਘੱਟੋ ਘੱਟ 30 ਸਾਲਾਂ ਤੱਕ ਰਾਜ ਕੀਤਾ ਦੇ ਖਿਲਜੀ ਵੰਸ਼ ਦੇ ਜਿਹੜੇ ਮੁੱਖ ਸ਼ਾਸਕ ਸੀਗੇ ਉਹ ਕਿਹੜੇ ਰਹੇ ਹਨ 30 ਸਾਲਾਂ ਦੇ ਵਿੱਚ ਵਿੱਚ ਉਹਨਾਂ ਬਾਰੇ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਹੈ ਜੀ ਜਲਾਲਉਦੀਨ ਫਿਰੋਜ਼ ਖਿਲਜੀ ਜਿਹੜਾ ਇਹਦਾ ਸੰਸਥਾਪਕ ਬੀ ਸੀ ਖਿਲਜੀ ਵੰਸ਼ ਦਾ ਦੂਜੇ ਨੰਬਰ ਤੇ ਆਇਆ ਅਲਾਉਦੀਨ ਖਿਲਜੀ ਇਹ ਵੀ ਜਿਹੜਾ ਸੀ ਮਹੱਤਵਪੂਰਨ ਸ਼ਾਸਕ ਆ ਖਿਲਜੀ ਵੰਸ਼ ਦਾ ਨੈਕਸਟ ਹੈਗਾ ਸਿਹਾਬੂਦੀਨ ਉਮਰ ਕੁਤਬਦੀਨ ਮੁਬਾਰਕ ਸ਼ਾ ਖਿਲਜੀ ਨਸੀਰਉਦੀਨ ਖੁਸਰੋਸਾ ਪੰਜ ਸ਼ਾਸਕ ਹੋਏ ਨੇ ਖਿਲਜੀ ਵੰਸ਼ ਦੇ ਟੋਟਲ ਇਸ ਬੰਛ ਦੇ ਰਾਜ ਵਿੱਚ ਤਤਕਲੀਨ ਭਾਰਤ ਵਿੱਚ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਸਰਚਨਾ ਵਿੱਚ ਪਰਿਵਰਤਨ ਹੋਏ ਦੇਖੋ ਗੁਲਾਮ ਬੰਛ ਜਿਹੜਾ ਸੀਗਾ ਉਹ ਤੋਂ ਮਤਲਬ ਇਹ ਸੇਮ ਉਹਦੇ ਵਾਂਗੂ ਨਹੀਂ ਚੱਲਿਆ ਠੀਕ ਆ ਜਦੋਂ ਹੀ ਖਲਦੀਆਂ ਦਾ ਰਾਜ ਆਇਆ ਤਾਂ ਕੀ ਸੀ ਕਿ ਜਿਹੜਾ ਭਾਰਤ ਸੀ ਉਹਦੀ ਸਮਾਜਿਕ ਹਾਲਤ ਲਾ ਲੋ ਚਾਹੇ ਆਰਥਿਕ ਹਾਲਤ ਲਾ ਲੋ ਚਾਹੇ ਰਾਜਨੀਤਿਕ ਹਾਲਤ ਲਾ ਲੋ ਹਰ ਇੱਕ ਚੀਜ਼ ਵਿੱਚ ਕੀ ਹੋ ਗਿਆ ਸੀ ਪਰਿਵਰਤਨ ਹੋ ਗਿਆ ਸੀ ਤਬਦੀਲੀਆਂ ਹੋ ਗਈਆਂ ਸੀਗੀਆਂ ਇਹੀ ਕਾਰਨ ਹੈ ਕਿ ਖਿਲਜੀ ਵੰਸ਼ ਨੂੰ ਇੱਕ ਕ੍ਰਾਂਤੀ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਦੇਖੋ ਜਦੋਂ ਇੰਨੇ ਜ਼ਿਆਦਾ ਪਰਿਵਰਤਨ ਹੋ ਗਏ ਤਾਂ ਉਹ ਇੱਕ ਤਰ੍ਹਾਂ ਦੀ ਕੀ ਹੋ ਗਈ ਕਿ ਕ੍ਰਾਂਤੀ ਆ ਗਈ ਨਾ ਤਾਂ ਕਰਕੇ ਇਹਨੂੰ ਖਿਲਜੀ ਵੰਸ਼ ਦੀ ਕ੍ਰਾਂਤੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਜਿਹੜੀ ਖਿਲਜੀ ਵੰਸ਼ ਦੀ ਸਥਾਪਨਾ ਹੋਈ ਹੈ ਖਿਲਜੀ ਕ੍ਰਾਂਤੀ ਦਾ ਸਮਾਨਾਰਥਕ ਸ਼ਬਦ ਕੀ ਆ ਕਿ ਜਾਤੀ ਅਤੇ ਨਸਲ ਆਧਾਰਿਤ ਵਿਵਸਥਾ ਦੀ ਸਮਾਪਤੀ ਹੋ ਗਈ ਪਹਿਲਾਂ ਕਿਸੇ ਕੇ ਜਿਹੜੇ ਉੱਚ ਘਰਾਣੇ ਦੇ ਤੁਰਕ ਸੀਗੇ ਠੀਕ ਆ ਉਹ ਆਪਣੀ ਜਾਤੀ ਦੇ ਅਕੋਰਡਿੰਗ ਜਿਹੜਾ ਸੀ ਰਾਜ ਕਰੀ ਜਾਂਦੇ ਸੀਗੇ ਪਰ ਹੁਣ ਇਸ ਚੀਜ਼ ਦੀ ਸਮਾਪਤੀ ਹੋ ਗਈ ਸੀ ਕਿਉਂਕਿ ਹੁਣ ਆਪਣੇ ਆਪ ਨੂੰ ਉੱਚਾ ਸਮਝਣ ਵਾਲੇ ਇਲਬਰੀ ਤੁਰਕਾਂ ਦੇ ਥਾਂ ਤੇ ਨਿਮਨ ਤੁਰਕ ਖਿਲਜੀਆ ਨੇ ਸੱਤਾ ਸੰਭਾਲ ਲਈ ਸੀਗੀ ਠੀਕ ਹੈ ਜਿਹੜੇ ਆ ਖਿਲਜੀ ਸੀ ਨਾ ਇਹਨਾਂ ਨਾਲੋਂ ਨੀਮੀ ਜਾਤੀ ਦੇ ਮੰਨੇ ਜਾਂਦੇ ਸੀਗੇ ਅੱਗੇ ਹੈ ਇਸ ਦੇ ਕੁਝ ਨਿਯਮ ਹੁੰਦੇ ਸੀ ਹੁਣ ਕੀ ਨਿਯਮ ਸੀਗੇ ਦੇਖੋ ਕਿ ਧਰਮ ਦਾ ਰਾਜਨੀਤੀ ਤੋਂ ਅਲੱਗ ਹੋਣਾ ਧਰਮ ਤੇ ਰਾਜਨੀਤੀ ਦੋਨੇ ਅਲੱਗ ਹੋ ਗਏ ਸੀ ਤ੍ਰੀਬਾਂ ਦਾ ਯੋਗਤਾ ਦੇ ਆਧਾਰ ਤੇ ਅਧਿਕਾਰੀਆਂ ਦੀ ਚੋਣ ਹੋਣ ਲੱਗੀ ਸੀਗੀ ਪ੍ਰਸ਼ਾਸਨ ਦਾ ਜਿਹੜਾ ਸੀਗਾ ਸਮਾਜਿਕ ਵਿਸਤਾਰ ਹੋਣ ਲੱਗਿਆ ਸੀਗਾ ਤਾਂ ਹੀ ਕਰਕੇ ਤੈਨੂੰ ਜਿਹੜਾ ਸੀਗਾ ਖਿਲਜੀ ਕ੍ਰਾਂਤੀ ਦਾ ਨਾਮ ਦਿੱਤਾ ਗਿਆ ਵਾ ਫਿਰ ਜਦੋਂ ਇਹਨਾਂ ਕੋਲ ਚੇਂਜ ਹੋ ਗਿਆ ਹੁਣ ਅੱਗੇ ਹੈ ਜਲਾਲਉਦੀਨ ਖਿਲਜੀ ਜਿਹਦੇ ਬਾਰੇ ਆਪਾਂ ਅੱਜ ਪੜਨਾ ਇਹ ਖਿਲਜੀ ਵੰਸ਼ ਦਾ ਮੋਢੀ ਸੀ ਸਭ ਤੋਂ ਪਹਿਲੀ ਗੱਲ ਕਿ ਇਹਦਾ ਧਰਮ ਪਤਾ ਕਿਹੜਾ ਸੀ ਸੁੰਨੀ ਮੁਸਲਮਾਨ ਸੀਗਾ ਉਹ ਤੇ ਇਹਨੇ ਰਾਜ ਕੀਤਾ 1290 ਤੋਂ ਲੈ ਕੇ 1296 ਈਸਵੀ ਤੱਕ ਰਾਜ ਕੀਤਾ ਮਾਲਿਕ ਫਰੋਜ਼ ਇੱਕ ਦਿਆਲੂ ਪਰੰਤੂ ਕਮਜ਼ੋਰ ਸੁਲਤਾਨ ਸੀਗਾ ਠੀਕ ਹੈ ਇਹਦਾ ਅਸਲ ਨਾਂ ਤਾਂ ਮਾਲਿਕ ਫਰੋਜ਼ ਸੀਗਾ ਜਲਾਲਉਦਦਿਨ ਕਿੱਦਾਂ ਬਣਿਆ ਉਹ ਵੀ ਆਪਾਂ ਅੱਗੇ ਪੜਾਂਗੇ ਹੈ ਤਾਂ ਦਿਆਲੂ ਸੀ ਪਰ ਕਮਜ਼ੋਰ ਸ਼ਾਸਕ ਸੀਗਾ ਕਿਉਂਕਿ ਇਹਨੇ ਜੰਦ ਬਗੈਰਾ ਬਹੁਤ ਘੱਟ ਕੀਤੇ ਆ ਜਲਾਲਉਦੀਨ ਦਾ ਮੁੱਢਲਾ ਜੀਵਨ ਜਿਹੜਾ ਕਿ ਮੇਰੇ ਆ ਇਹ ਮਾਲਿਕ ਫਰੋਜ਼ ਨਾਮੀ ਕਬੀਲੇ ਦਾ ਇੱਕ ਤੁਰਕ ਸੀਗਾ ਠੀਕ ਹੈ ਮਾਲਿਕ ਫਰੋਜ਼ ਆ ਜਿਹੜਾ ਇਹ ਇੱਕ ਤਰ੍ਹਾਂ ਦਾ ਤੁਰਕ ਸੀਗਾ ਉਸਦੇ ਵੱਡੇ ਵਜੇ ਜਿਹੜੇ ਸੀਗੇ ਤੁਰਕਿਸਤਾਨ ਛੱਡ ਕੇ ਅਫਗਾਨਿਸਤਾਨ ਦੇ ਪ੍ਰਦੇਸ਼ਾਂ ਵਿੱਚ ਆ ਬਸੇ ਸੀਗੇ ਠੀਕ ਹੈ ਤੇ ਇੱਥੇ ਹੀ ਕੀ ਹੋਇਆ ਉਹਨਾਂ ਨੇ ਭਾਰਤੀ ਤੁਰਕੀ ਸਰਦਾਰ ਜਿਹੜੇ ਸੀ ਉਹ ਅਫਗਾਨ ਸਮਝਦੇ ਸੀਗੇ ਉਹਨਾਂ ਨੂੰ ਇਹਦੀ ਸਟੋਰੀ ਪਤਾ ਕੀ ਸੀਗਾ ਕਿ ਇਹਨਾਂ ਦੇ ਜਿਹੜੇ ਵੱਡੇ-ਵਡੇਰੇ ਸੀਗੇ ਠੀਕ ਉਹ ਪਹਿਲਾਂ ਤੁਰਕਿਸਤਾਨ ਵਿੱਚ ਰਹਿੰਦੇ ਸੀਗੇ ਫਿਰ ਸਮਾਂ ਬੀਤਣ ਨਾਲ ਕੀ ਹੋਇਆ ਵੀ ਉਹ ਤੁਰਕਿਸਤਾਨ ਛੱਡ ਕੇ ਅਫਗਾਨਿਸਤਾਨ ਦੇ ਪ੍ਰਦੇਸ਼ਾਂ ਵਿੱਚ ਆ ਗਏ ਤੇ ਉਹਨਾਂ ਨੇ ਅਫਗਾਨਾਂ ਦੇ ਰੀਤੀ ਰਿਵਾਜਾਂ ਨੂੰ ਅਪਣਾ ਲਿਆ ਜਦੋਂ ਜਿਹੜਾ ਬੰਦਾ ਇੱਥੇ ਰਹਿੰਦਾ ਵਾ ਉੱਥੋਂ ਦੀ ਜਿਹੜੀ ਸੰਸਕ੍ਰਿਤੀ ਆ ਉਹਨੂੰ ਗੇਨ ਕਰ ਲੈਂਦਾ ਹੈ ਨਾ ਇਸੇ ਲਈ ਫਿਰ ਕੀ ਸੀ ਕਿ ਬਾਤਰੇ ਜਿਹੜੇ ਤੁਰਕੀ ਸਰਦਾਰ ਸੀ ਇਹ ਨਾ ਇਹਨਾਂ ਨੂੰ ਅਫਗਾਨ ਸਮਝਦੇ ਸੀ ਵੀ ਇਹ ਅਫਗਾਨਿਸਤਾਨ ਚ ਰਹਿ ਕੇ ਆਇਆ ਤਾਂ ਇਹ ਅਫਗਾਨ ਆ ਉੱਥੇ ਵੀਰੇ 200 ਸਾਲਾਂ ਤੱਕ ਅਫਗਾਨਿਸਤਾਨ ਚ ਰਹੇ ਤੇ ਉੱਥੋਂ ਫਿਰ ਮਾਲਿਕ ਅਫਰੋਜ਼ ਦੇ ਜਿਹੜੇ ਵੱਡੇ ਭਰੇਦੇ ਸੀ ਫਿਰ ਉੱਥੋਂ ਭਾਰਤ ਆ ਗਏ ਸੀਗੇ ਭਾਰਤ ਆ ਕੇ ਇਹਨਾਂ ਨੇ ਕੀ ਕੀਤਾ ਕਿ ਜਿਹੜਾ ਦਿੱਲੀ ਸਲਤਨਤ ਦਾ ਆ ਦੇਖੋ ਲਿਖਿਆ ਹੈ ਨਾ ਅਫਗਾਨਿਸਤਾਨ ਵਿੱਚ 200 ਸਾਲ ਰਹਿਣ ਤੋਂ ਬਾਅਦ ਇਹ ਲੋਕ ਕਿੱਥੇ ਆ ਗਏ ਭਾਰਤਵਾਲ ਆ ਗਏ ਤੇ ਉਹਨਾਂ ਨੇ ਦਿੱਲੀ ਦੇ ਜਿਹੜੇ ਸੁਲਤਾਨ ਸੀ ਉਸ ਟਾਈਮ ਗੁਲਾਮਬੰਦ ਦੇ ਉਹਨਾਂ ਦੇ ਅਧੀਨ ਨੌਕਰੀ ਅੱਗੇ ਹੈ ਮਲਿਕ ਫਰੋਜ਼ ਨੇ ਸੈਨਿਕ ਦੇ ਰੂਪ ਵਿੱਚ ਦਿੱਲੀ ਸਤਨਤ ਦੀ ਸੇਵਾ ਵਿੱਚ ਆਪਣਾ ਜਿਹੜਾ ਸੀ ਰਾਜਨੀਤਿਕ ਜੀਵਨ ਸ਼ੁਰੂ ਕੀਤਾ ਸੀਗਾ ਆਪਣੀ ਵੀਰਤਾ ਯੋਗਤਾ ਤੇ ਇਮਾਨਦਾਰੀ ਦੇ ਕਾਰਨ ਉਹਨੇ ਕੀ ਸੀਗਾ ਬਹੁਤ ਜ਼ਿਆਦਾ ਤਰੱਕੀ ਕੀਤੀ ਸੀਗੀ ਤੇ ਬਲਬੰਦ ਦੇ ਸਮੇਂ ਵਿੱਚ ਮਾਲਿਕ ਫਰੋਜ਼ ਜਿਹੜਾ ਸੀਗਾ ਉਹਨੂੰ ਸਮਾਣਾ ਦਾ ਸੂਬੇਦਾਰ ਬਣ ਗਿਆ ਸੀਗਾ ਠੀਕ ਹੈ ਮਾਲਿਕ ਫਰੋਜ਼ ਨੇ ਮਗੋਲਾਂ ਦਾ ਸਫਲਤਾਪੂਰਵਕ ਟੱਕਰਾ ਕੀਤਾ ਜਿਸ ਕਾਰਨ ਉਸ ਨੂੰ ਜਿਹੜਾ ਸੀ ਸੈਸਤਾਖਾਨ ਦੀ ਉਪਾਧੀ ਵੀ ਪ੍ਰਾਪਤ ਹੋਈ ਸੀਗੀ ਠੀਕ ਹੈ ਯਾਦ ਰੱਖਣਾ ਉਹਨੂੰ ਕਾਦੀ ਪਾਦੀ ਪ੍ਰਾਪਤ ਹੋਈ ਸੀ ਸੈਸਤਾਖਾਨ ਦੀ ਕਾਕੂਬਦ ਦੇ ਰਾਜਕਾਲ ਵਿੱਚ ਜਲਾਲੋਦੀਨ ਨੂੰ ਬਰਨਾ ਦਾ ਸੂਬੇਦਾਰ ਅਤੇ आरजे मु मालिक युद्ध मंत्री नियुक्त ਕੀਤਾ ਗਿਆ ਫਿਰ ਦੇਖੋ ਕੈਕੂਬਾਰ ਜਦੋਂ ਸੀਗਾ ਉਹਦੇ ਰਾਜਕਾਲ ਦੇ ਵਿੱਚ ਉਹਨੂੰ ਕੀ ਹੋਇਆ ਇੱਕ ਤਾਂ ਪਰਨਾ ਦਾ ਸੂਬੇਦਾਰ ਨਿਯੁਕਤ ਕਰਤਾ ਠੀਕ ਹੈ ਦੂਜੇ ਨੰਬਰ ਤੇ ਉਹਨੂੰ ਕੀ ਆ આર ਜੇ ਮੂਮਾਲਿਕ ਜਾਨੀ ਕਿ ਜੁੱਧ ਮੰਤਰੀ ਵੀ ਨਿਯੁਕਤ ਕਰਤਾ ਦੋ ਪਤਾ ਦੇਖੋ ਦਿਨੋਂ ਬਾਅਦ ਦਿਨ ਬਾਅਦ ਇਹਨਾਂ ਆਪਾਂ ਦੇਖੀਏ ਤਾਂ ਉਹਦੀ ਤਰੱਕੀ ਹੁੰਦੀ ਜਾਂਦੀ ਸੀਗੀ ਇਹਦੀ ਇੰਨੀ ਹੁਣ ਤਰੱਕੀ ਹੁੰਦੀ ਦੇਖ ਕੇ ਜਿਹੜੇ ਤੁਰਕੀ ਸਰਦਾਰ ਸੀ ਉਹਨਾਂ ਨੂੰ ਕੀ ਹੋਇਆ ਕਿ ਤੁਰਕੀ ਸਰਦਾਰ ਮਾਲਿਕ ਫਰੋਜ਼ ਨਾਲ ਈਰਖਾ ਕਰਨ ਲੱਗੇ ਤੇ ਉਹਨਾਂ ਨੇ ਕੀ ਕੀਤਾ ਕਿ ਮਾਲਕ ਇਤਮਾਰ ਜਿਹੜਾ ਸੀਗਾ ਮਾਲਕ ਇਤਮਾਰ ਦੀ ਅਗਵਾਈ ਹੇਠ ਜਿਹੜਾ ਸੀ ਉਸ ਦੇ ਵਿਰੁੱਧ ਇੱਕ ਗੁੱਟ ਬਣਾ ਲਿਆ ਸੀਗਾ ਮਾਲਕ ਫਰੋਜ਼ ਦੇ ਵਿਰੁੱਧ ਠੀਕ ਆ ਦੂਜੇ ਪਾਸੇ ਕੀ ਕੀਤਾ ਕਿ ਜਿਹੜਾ ਮਾਲਕ ਫਰੋਜ਼ ਸੀ ਉਹਨੇ ਤੁਰਕੀ ਸਰਦਾਰਾਂ ਦਾ ਵਿਰੋਧ ਕਰਨ ਦੇ ਲਈ ਮਾਲਕ ਫਰੋਜ਼ ਨੇ ਖਲਜੀ ਸਰਦਾਰਾਂ ਦਾ ਇੱਕ ਗੁੱਟ ਬਣਾ ਲਿਆ ਸੀਗਾ ਇਦਾਂ ਹੀ ਦੋਨਾਂ ਵਿੱਚ ਜਿਹੜਾ ਸੀਗਾ ਆਰਗੂਮੈਂਟ ਚੱਲਦਾ ਰਿਹਾ ਤੇ ਅੰਤ ਵਿੱਚ ਮਾਲਕ ਫਰੋਜ਼ ਜਿਹੜਾ ਸੀ ਉਹ ਜੇਤੂ ਹੋਇਆ ਸੀ ਤੇ ਉਸ ਨੇ ਸਾਰੀਆਂ ਸ਼ਕਤੀਆਂ ਜਿਹੜੀਆਂ ਸੀ ਆਪਣੇ ਹੱਥ ਵਿੱਚ ਲੈ ਲਈਆਂ ਸੀਗੀਆਂ ਤੇ ਕੈਕੂਬਾਦ ਦੇ ਕਤਲ ਦੇ ਪਿੱਛੋਂ ਜਿਹੜਾ ਇੱਕ ਪੂਰਬ ਦਾ ਬਾਲ ਕਪੁੱਤਰ ਜਿਹੜਾ ਸੁਲਤਾਨ ਬਣਿਆ ਸੀ ਸ਼ਾਮੂਦੀਨ ਕੈਮਰੂ ਠੀਕ ਆ ਉਹਨੂੰ ਰਾਜ ਗਦੀ ਤੇ ਬਿਠਾ ਕੇ ਉਹਦਾ ਕੀ ਬਣ ਗਿਆ ਸੀ ਸਰਪ੍ਰਸਤ ਬਣ ਗਿਆ ਸੀਗਾ ਇਹ ਅਗੇ ਹੈ ਜਲਾਲਉਦੀਨ ਖਲਜੀ ਜਿਹੜਾ ਸੀਗਾ ਉਹਦੇ ਸੁਲਤਾਨ ਦੇ ਰੂਪ ਵਿੱਚ ਕਿਹੜੇ-ਕਿਹੜੇ ਕੰਮ ਰਏ ਹੁਣ ਜੂਨ 1290 ਵਿੱਚ ਜਲਾਲਉਦੀਨ ਆਪ ਸੁਲਤਾਨ ਬਣ ਗਿਆ ਉਸਨੇ ਬਾਲਕ ਸੁਲਤਾਨ ਸ਼ਾਮੂਦੀਨ ਕੈਮਰੂ ਨੂੰ ਕਤਲ ਕਰਵਾ ਦਿੱਤਾ ਇਸ ਤਰ੍ਹਾਂ ਤੁਰਕਾਂ ਨੇ ਜਿਹੜਾ ਸੀ ਮਮਲੂਕ ਵੰਸ਼ ਦਾ ਅੰਤ ਕਰਤਾ ਹਨਾ ਤੁਰਕਾਨਾ ਜਿਹੜਾ ਮਮਲੂਕ ਵੰਸ਼ ਸੀਗਾ ਉਹਦਾ ਅੰਤ ਕਰਤਾ ਚਲਾ ਲੋਦੀਨ ਖਿਲਜੀ ਨੇ ਕਿਉਂਕਿ ਉਹਨਾਂ ਦਾ ਆਖਰੀ ਬਾਲਕ ਸ਼ਾਸਕ ਜਿਹੜਾ ਸੀਗਾ ਸ਼ਾਮੂਦੀਨ ਸੀਗਾ ਉਹਨੂੰ ਇਹਨੇ ਕਤਲ ਕਰਤਾ ਸੀਗਾ 13 ਜੂਨ 1290 ਈਸਵੀ ਵਿੱਚ ਮਲਿਕ ਫਰੋਜ਼ ਜਿਹੜਾ ਸੀ ਦਿੱਲੀ ਦੇ ਨੇੜੇ ਕਿਲੋਗੋੜੀ ਕਿਲੋਗੜੀ ਜਿਹੜੀ ਜਗ੍ਹਾ ਬਾ ਉੱਥੇ ਨੇ ਸੀਗਾ ਰਾਜਗਦੀ ਤੇ ਬੈਠਾ ਸੀਗਾ ਇਹ ਉਸਨੇ ਜਲਾਲਉਦੀਨ ਫਰੋਜ਼ਸ਼ਾਹ ਦੀ ਜਿਹੜੀ ਸੀ ਉਪਾਦੀ ਧਾਰਨ ਕੀਤੀ ਸੀ ਦੇਖੋ ਉਹਦਾ ਨਾਮ ਕੀ ਸੀਗਾ ਮਲਿਕ ਅਫਰੋਜ਼ ਉਪਾਦੀ ਕਿਹੜੀ ਧਾਰਨ ਕੀਤੀ ਉਹਨੇ ਜਲਾਲਉਦੀਨ ਤੇ ਉਹਦਾ ਨਾਂ ਕੀ ਪੜ ਗਿਆ ਜਲਾਲਉਦੀਨ ਫਰੋਜ਼ਸ਼ਾਹ ਰਾਜਗਦੀ ਤੇ ਬੈਠਣ ਸਮੇਂ ਜਲਾਲਉਦੀਨ ਜਿਹੜਾ ਸੀਗਾ ਉਹਦੀ ਉਮਰ ਕਿੰਨੀ ਸੀ 70 ਵਰਿਆਂ ਦੀ ਸੀਗੀ ਬੁੱਢਾ ਹੋ ਚੁੱਕਾ ਸੀ ਉਹ ਜਲਾਲਉਦੀਨ ਫਰੋਜ਼ਸ਼ਾਹ ਦੀ ਤਖਤ ਨਿਸ਼ਿਨੀ ਅਤਿ ਅੰਤ ਮਹੱਤਵਪੂਰਨ ਘਟਨਾ ਮੰਨੀ ਜਾਂਦੀ ਹੈ ਡਾਕਟਰ ਆਰ ਪੀ ਤ੍ਰਿਪਾਠੀ ਨੇ ਇਸ ਨੂੰ ਖਿਲਜੀ ਕ੍ਰਾਂਤੀ ਦੱਸਿਆ ਹੈ। ਦੇਖੋ ਜਦੋਂ ਮਤਲਬ ਦਾਸਵੰਸ਼ ਦਾ ਅੰਤ ਹੋਇਆ ਠੀਕ ਹੈ ਤੇ ਜਲਾਲਉਦੀਨ ਖਿਲਜੀ ਜਿਹੜਾ ਸੀ ਉਹ ਰਾਜਗਦੀ ਤੇ ਬੈਠਾ ਤਾਂ ਉਹਨੂੰ ਕੀ ਮੰਨਿਆ ਜਾਂਦਾ ਸੀ ਖਿਲਜੀ ਕ੍ਰਾਂਤੀ ਮੰਨੀ ਜਾਂਦੀ ਸੀਗੀ ਉਹ। ਖਿਲਜੀਆ ਨੂੰ ਭਾਰਤੀ ਜਿਹੜਾ ਸੀ ਮੁਸਲਮਾਨ ਮੰਨਿਆ ਜਾਂਦਾ ਸੀ ਇਹ ਕਿਹਾ ਜਾਂਦਾ ਸੀ ਵੀ ਇਹ ਮੁਸਲਮਾਨ ਜਿਹੜੇ ਨੇ ਭਾਰਤ ਦੇ ਨੇ। ਜਲਾਲਉਦੀਨ ਖਿਲਜੀ ਦੀ ਘਰੇਲੂ ਨੀਤੀ ਜਿਹੜੀ ਸੀ ਸ਼ਾਂਤੀ ਅਤੇ ਸਮਝੌਤੇ ਦੀ ਨੀਤੀ ਸੀਗੀ ਉਹਦੇ ਵਿੱਚੋਂ ਕਿਸੇ ਨਾਲ ਕੋਈ ਲੜਾਈ ਕੋਈ ਯੁੱਧ ਨਹੀਂ ਕਰਨਾ ਚਾਹੁੰਦਾ ਸੀਗਾ। ਉਸਨੇ ਮਹੱਤਵਪੂਰਨ ਪਦਵੀਆਂ ਉੱਤੇ ਤੁਰਕੀ ਸਰਦਾਰਾਂ ਤੇ ਅਧਿਕਾਰੀਆਂ ਨੂੰ ਲਗਾਈ ਰੱਖਿਆ। ਦੇਖੋ ਕੀ ਸੀ ਕਿ ਲੜਾਈ ਤੋਂ ਬਚਣਾ ਚਾਹੁੰਦਾ ਸੀ ਤਾਂ ਕਰਕੇ ਜਿਹੜੇ ਤੁਰਕੀ ਸਰਦਾਰ ਪਹਿਲਾਂ ਲੱਗੇ ਹੋਏ ਸੀ ਆਪਣੇ ਆਪਣੇ ਅਹੁਦੇ ਤੇ ਉਹਨਾਂ ਨੂੰ ਉਹਨੇ ਉੱਥੇ ਲੱਗੇ ਰਹਿਣ ਦਿੱਤਾ ਸੀ। ਦੇਖੋ ਕਿਹੜੇ ਤੁਰਕੀ ਸਰਦਾਰ ਸੀ? ਬਜ਼ੀਰ ਖਵਾਜਾ ਖਾਤਰ, ਦਿੱਲੀ ਦਾ कोतवाल ਫਖਰਉਦੀਨ ਤੇ ਕੜਾ ਦਾ ਸੂਬੇਦਾਰ ਮਾਲਿਕ ਛੱਜੂ। ਸੁਲਤਾਨ ਨੇ ਆਪਣੇ ਪੁੱਤਰਾਂ, ਭਰਾਵਾਂ ਤੇ ਭਤੀਜਿਆਂ ਨੂੰ ਵੀ ਉੱਚ ਪਦਵੀਆਂ ਉੱਤੇ ਨਿਯੁਕਤ ਕੀਤਾ। ਜਿੰਨਾ ਵਿੱਚ ਸੀਗੇ ਦੇਖੋ ਇਹ ਤਾਂ ਬਿਨਾਂ ਉਹਨੇ ਕੀ ਸੀ ਕਿ ਆਪਣੇ ਵੀ ਜਿਹੜੇ ਰਿਲੇਟਿਵ ਸੀਗੇ ਉਹਨਾਂ ਨੂੰ ਵੀ ਉੱਚੀਆਂ ਪਦਵੀਆਂ ਤੇ ਨਿਯੁਕਤ ਕੀਤਾ ਸੀ ਜਿਵੇਂ ਮਹਿਮੂਦ ਹੋ ਗਿਆ ਅਰਕਲੀ ਖਾਂ ਹੋ ਗਿਆ ਤੇ ਕਾਦਰ ਖਾਂ ਹੋ ਗਿਆ ਇਹ ਉਹਦੇ ਆਪਣੇ ਰਿਲੇਟਿਵ ਸੀਗੇ ਜਲਾਲਉਦੀਨ ਬੜਾ ਦਿਆਲੂ ਤੇ ਕੋਮਲ ਦਿਲ ਵਾਲਾ ਹਾਕਮ ਸੀ ਉਹ ਬਿਨਾਂ ਖੂਨ ਖਰਾਬੇ ਤੋਂ ਸ਼ਾਸਨ ਜਿਹੜਾ ਸੀ ਚਲਾਉਣਾ ਚਾਹੁੰਦਾ ਸੀਗਾ ਇਹ ਯਾਦ ਰੱਖਣਾ ਦੋਨੇ ਪੁਆਇੰਟ ਉਹਦੇ ਲਈ ਉਸਨੇ ਬਲਬਨ ਰਾਹੀਂ ਪਰਚਲਿਤ ਜਿਹੜੀ ਲਹੂ ਤੇ ਲੋਹੇ ਦੀ ਨੀਤੀ ਸੀਗੀ ਠੀਕ ਆ ਉਹਦਾ ਤਿਆਗ ਕਰਤਾ ਸੀਗਾ ਉਹ ਤੁਰਕੀ ਸਰਦਾਰਾਂ ਨਾਲ ਜਿਹੜਾ ਸੀਗਾ ਝਗੜਾ ਨਹੀਂ ਕਰਨਾ ਚਾਹੁੰਦਾ ਸੀ ਐਸ ਲਈ ਕੀ ਸੀਗਾ ਕਿ ਉਹ 1 ਸਾਲ ਤੱਕ ਕਿੱਥੇ ਰਿਹਾ ਸੀ ਕਿਲੋ ਗੜੀ ਵਿੱਚ ਹੀ ਰਿਹਾ ਸੀਗਾ ਜਿੱਥੇ ਉਹਨੇ ਕਿਸੇ ਰਾਜਗਦੀ ਤੇ ਬੈਠਿਆ ਸੀਗਾ ਉੱਥੇ ਹੀ ਉਹ 1 ਸਾਲ ਤੱਕ ਰਿਹਾ ਸੀਗਾ ਰਾਜਧਾਨੀ ਵਿੱਚ ਨਹੀਂ ਆਇਆ ਸੀਗਾ ਕਿਉਂਕਿ ਉਹਨੂੰ ਇਹ ਸੀ ਕਿ ਜੇ ਮੈਂ ਰਾਜਧਾਨੀ ਵਿੱਚ ਜਾਊਂਗਾ ਤਾਂ ਤੁਰਕੀ ਸਰਦਾਰ ਮੇਰਾ ਵਿਰੋਧ ਕਰਨਗੇ ਬਟ ਉਹ ਕੀ ਸੀਗਾ ਕਿ ਉਹਨਾਂ ਨਾਲ ਲੜਾਈ ਝਗੜਾ ਨਹੀਂ ਕਰਨਾ ਚਾਹੁੰਦਾ ਸੀ ਉਸਨੇ ਲੋਕਾਂ ਦੇ ਸੱਦੇ ਤੇ ਰਾਜਧਾਨੀ ਵਿੱਚ ਪ੍ਰਵੇਸ਼ ਕੀਤਾ 1 ਸਾਲ ਬਾਅਦ ਜਦੋਂ ਉਹਨੇ ਰਾਜਧਾਨੀ ਵਿੱਚ ਪ੍ਰਵੇਸ਼ ਕੀਤਾ ਤਾਂ ਵੀ ਜਨਤਾ ਦੇ ਲੋਕਾਂ ਦੇ ਸੱਦੇ ਤੇ ਰਾਜस्तानी ਵਿੱਚ ਪ੍ਰਵੇਸ਼ ਕਰਨ ਲੱਗਾ ਉਹ ਬਲਬਨ ਦੇ ਲਾਲ ਮਹਿਲ ਦੇ ਦਰਵਾਜੇ ਦੇ ਅੱਗੇ ਘੋੜੇ ਤੋਂ ਥੱਲੇ ਉਤਰ ਗਿਆ ਤੇ ਬਲਬਨ ਦੀ ਯਾਦ ਵਿੱਚ ਕੀ ਸੀਗਾ ਅਥਰੂ ਬਹੌਣ ਲੱਗ ਪਿਆ ਸੀਗਾ ਉਸਨੇ ਬਲਬਨ ਦੇ ਤਖਤ ਉੱਤੇ ਬੈਠਣ ਤੋਂ ਵੀ ਨਾ ਕਰ ਦਿੱਤੀ ਕਹਿਣ ਲੱਗਿਆ ਕਿ ਮਤਲਬ ਉਹ ਇਹ ਸੋਚਦਾ ਸੀ ਵੀ ਇਹ ਉਹੀ ਤਲਕਾ ਮਤਲਬ ਹੈਗਾ ਵਾ ਤਖਤਾ ਜਿਹਦੇ ਉੱਪਰ ਮੈਂ ਕੀ ਸੀਗਾ ਕਿ ਜਦੋਂ ਬਲਬਨ ਰਾਜਾ ਹੁੰਦਾ ਸੀਗਾ ਉਹਦੇ ਦਰਬਾਰ ਦੇ ਵਿੱਚ ਘੰਟਿਆਂ ਤੱਕ ਖੜਾ ਰਹਿੰਦਾ ਸੀਗਾ ਹੁਣ ਕੀ ਹੋਇਆ ਕਿ ਇਹਨੇ ਦੇਖੋ ਤੁਰਕ ਸਰਦਾਰ ਜਿਹੜੇ ਸੀ ਉਹਨਾਂ ਨੂੰ ਉਵੇਂ ਹੀ ਲੱਗੇ ਰਹਿਣ ਦਿੱਤਾ ਸੀ ਹਟਾਇਆ ਨਹੀਂ ਸੀਗਾ ਪਰ ਉਹ ਤੁਰਕ ਸਰਦਾਰਸ ਵੀ ਆਪਣੀਆਂ ਆਦਤਾਂ ਤੋਂ ਬਾਜ਼ ਨਹੀਂ ਹੁੰਦੇ ਸੀਗੇ ਜਲਾਲਉਦੀਨ ਦੇ ਰਾਜਕਾਲ ਵਿੱਚ ਕੜਾ ਦਾ ਜਿਹੜਾ ਸੂਬੇਦਾਰ ਸੀਗਾ ਤੁਰਕ ਮਲਕ ਸ਼ੱਜੂ ਉਹਨੇ ਬਗਾਵਤ ਕਰ ਦਿੱਤੀ ਠੀਕ ਆ ਤੇ ਸੁਲਤਾਨ ਦੀ ਜਿਹੜੀ ਸੀ ਉਪਾਦੀ ਧਾਰਨ ਕਰ ਲਈ ਇਹ ਤਾਂ ਬਿਨਾ ਅਬਦ ਦਾ ਸੂਬੇਦਾਰ ਜਿਹੜਾ ਹਾ蒂ਮ ਖਾਨ ਸੀ ਉਹ ਵੀ ਮਲਕ ਸ਼ੱਜੂ ਦੇ ਨਾਲ ਮਿਲ ਗਿਆ ਸੀਗਾ ਨਾਲ ਮਿਲ ਕੇ ਹੁਣ ਦੋਨਾਂ ਨੇ ਕੀ ਕੀਤਾ ਕਿ ਮਤਲਬ ਯੁੱਧ ਕਰਨਾ ਸ਼ੁਰੂ ਕਰਤਾ ਉਹਨਾਂ ਨਾਲ ਕੀ ਸੀ ਯੁੱਧ ਕਰਨਾ ਬ ਜਲਾਲਉਦੀਨ ਨੇ ਅਰਕਲੀ ਖਾਨ ਦੀ ਇਕ ਵਾਈ ਹੇਟਕ ਸੈਨਾ ਭੇਜੀ ਤੇ ਅਰਕਲੀ ਖਾਨ ਨੇ ਦੋਹਾਂ ਨੂੰ ਕੀ ਸੀਗਾ ਹਰਾਤਾ ਸੀਗਾ। ਹਰਾਉਣ ਤੋਂ ਬਾਅਦ ਹੁਣ ਉਹਨਾਂ ਦੋਨਾਂ ਨੂੰ ਜਦੋਂ ਜਲਾਲਉਦੀਨ ਦੇ ਸਾਹਮਣੇ ਜਿਹੜਾ ਸੀਗਾ ਪੇਸ਼ ਕੀਤਾ ਗਿਆ ਮਾਲਿਕ ਸ਼ੱਜੂ ਨੂੰ। ਜਲਾਲਉਦੀਨ ਦੇ ਦਿਲ ਵਿੱਚ ਰਹਿਮ ਆ ਗਿਆ ਉਸਨੇ ਮਾਲਿਕ ਸ਼ੱਜੂ ਨੂੰ ਮਾਫ ਕਰ ਦਿੱਤਾ ਤੇ ਅਰਕਲੀ ਖਾਨ ਦੀ ਦੇਖ ਰੇਖੇ ਤੋ ਨੂੰ ਮਲਤਾਨ ਭੇਜਦਾ ਸੀਗਾ ਮਾਲਿਕ ਸ਼ੱਜੂ ਨੂੰ। ਜਲਾਲਉਦੀਨ ਨੇ ਆਪਣੇ ਭਤੀਜੇ ਅਲਾਉਦੀਨ ਨੂੰ ਕੜਾ ਦਾ ਸੂਬੇਦਾਰ ਨਿਯੁਕਤ ਕੀਤਾ ਸੀਗਾ। ਜਿਹੜਾ ਕਿ ਅੱਗੇ ਜਾ ਕੇ ਇਹਦਾ ਉਤਰਾਧਿਕਾਰੀ ਬਣਿਆ ਸੀਗਾ Alauddin ਠੀਕ ਹੈ ਪਹਿਲਾਂ ਕੜਾ ਦਾ ਸੂਬੇਦਾਰ ਨਿਯੁਕਤ ਕੀਤਾ ਸੀ ਇਹਨਿਆਂ ਨੂੰ ਜਲਾਲਉਦੀਨ ਨੇ ਡਾਕੂਆਂ ਪ੍ਰਤੀ ਵੀ ਨਰਮ ਨੀਤੀ ਅਪਣਾਈ ਜਦੋਂ ਰਾਜ ਅਧਿਕਾਰੀਆਂ ਦੇ ਲਗਭਗ 1000 ਡਾਕੂਆਂ ਨੂੰ ਕੈਦ ਕਰਕੇ ਸੁਲਤਾਨ ਦੇ ਸਾਹਮਣੇ ਪੇਸ਼ ਕੀਤਾ ਤਾਂ ਉਸਨੇ ਉਹਨਾਂ ਨੂੰ ਸਜ਼ਾ ਦੇਣ ਦੀ ਬਜਾਏ ਕੀ ਕੀਤਾ ਕਿ ਬੇੜੀਆਂ ਵਿੱਚ ਬਿਠਾ ਕੇ ਹੈਨਾ ਕਿੱਥੇ ਭੇਜਦਾ ਬੰਗਾਲ ਭੇਜ ਦਿੱਤਾ ਤੇ ਉਹਨਾਂ ਨੂੰ ਉੱਥੇ ਮੁਕਤ ਕਰ ਦਿੱਤਾ ਦੇਖੋ ਅੱਗੇ ਹੈ ਸਿੱਧੀ ਮੋਲਾ ਸਿੱਧੀ ਮੋਲਾ ਜਿਹੜਾ ਸੀਗਾ ਇੱਕ ਤਰ੍ਹਾਂ ਦਾ ਮੁਸਲਿਮ ਫਕੀਰ ਸੀਗਾ ਜਿਹੜਾ ਪਾਕਪਟਨ ਦੇ ਸੇਖ ਫਰੀਦ ਦਾ ਚੇਲਾ ਸੀਗਾ ਠੀਕ ਆ ਇਸ ਨੂੰ ਕੀ ਸੀਗਾ ਕਿ ਦਿੱਲੀ ਦੀ ਰਾਜਗਦੀ ਉੱਤੇ ਬਿਠਾਉਣ ਦੀ ਸਾਜ਼ਿਸ਼ ਰਚੀ ਗਈ ਤੇ ਜਲਾਲਉਦੀਨ ਦੇ ਕੁਝ ਹੋਰ ਸਰਦਾਰ ਵੀ ਇਸ ਸਾਜ਼ਿਸ਼ ਵਿੱਚ ਮਿਲੇ ਹੋਏ ਸੀਗੇ ਜਦੋਂ ਸੁਲਤਾਨ ਨੂੰ ਪਤਾ ਲੱਗਿਆ ਤਾਂ ਉਹਨੇ ਕੀ ਕੀਤਾ ਉਹਨੇ ਹੁਕਮ ਦਿੱਤਾ ਸਿੱਧੀ ਮੋਲਾ ਨੂੰ ਤੇ ਉਹਦੇ ਸਾਥੀਆਂ ਸਮੇਤ ਜਿਹੜਾ ਸੀ ਕੈਦ ਕਰਕੇ ਸੁਲਤਾਨ ਕੋਲ ਲਿਆਂਦਾ ਗਿਆ ਠੀਕ ਆ ਗੱਲਬਾਤ ਦੌਰਾਨ ਕਿਸੇ ਕਿ ਸੁਲਤਾਨ ਉਹਦੇ ਤੇ ਗੁੱਸਾ ਆ ਗਿਆ ਤੇ ਉਹਨੇ ਸਿੱਧੀ ਮੋਲਾ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਇਹ ਲਿਖਿਆ ਹੋਇਆ ਹੈ ਦੇਖੋ ਦਿੱਲੀ ਦੀ ਰਾਜਗਦੀ ਤੇ ਬਿਠਾਉਣ ਦੀ ਸਾਜ਼ਿਸ਼ ਘਰ ਰਚਨ ਵਾਲੇ ਸਰਦਾਰਾਂ ਤੇ ਸਿੱਧੀ ਮੋਲਾ ਨੂੰ ਕੈਦ ਕਰ ਲਿਆ ਗਿਆ ਤੇ ਸੁਲਤਾਨ ਨੇ ਬੇਰਹਿਮੀ ਨਾਲ ਉਹਦਾ ਕਤਲ ਕਰ ਦਿੱਤਾ ਤੇ ਇਹਦੇ ਕਤਰ ਤੋਂ ਬਾਅਦ ਮਤਲਬ ਸਿੱਧੀ ਮੌਲਾ ਦੀ ਹੱਤਿਆ ਪਿੱਛੋਂ ਕੀ ਹੋਇਆ ਕਿ ਬਹੁਤ ਜ਼ਿਆਦਾ ਹਨੇਰੀ ਤੂਫਾਨ ਆਇਆ ਠੀਕ ਆ ਤੇ ਵਰਖਾ ਨਾ ਹੋਣ ਕਾਰਨ ਕਿ ਸੀਗਾ ਭਿਆਨਕ ਕਾਰ ਪੈ ਗਿਆ ਸੀਗਾ ਜਿਹੜੇ ਅੰਧਵਿਸ਼ਵਾਸੀ ਲੋਕ ਸੀਗੇ ਉਹ ਕਹਿੰਦੇ ਸੀ ਵੀ ਇਹ ਮੁਸੀਬਤਾਂ ਸਾਰੀਆਂ ਤਾਂ ਹੀ ਆ ਕਿਉਂਕਿ ਜਿਹੜਾ ਜਲਾਲਉਦੀਨ ਆ ਉਹਨੇ ਇੱਕ ਨਿਰਦੋਸ਼ ਫਕੀਰ ਦੀ ਹੱਤਿਆ ਕਰਤੀ ਤੇ ਇਹਦੇ ਕਰਕੇ ਸੀਗਾ ਕਾਫੀ ਲੋਕ ਜਲਾਲਉਦੀਨ ਦੇ ਵਿਰੁੱਧ ਵੀ ਹੋ ਗਏ ਸੀਗੇ ਫਿਰ ਹੈ ਰਾਣਥੰਭੌਰ ਵਿਰੋਧ ਆਸਫਲ ਮੁਹੰਮਦ ਸੁਲਤਾਨ ਨੇ ਹੁਣ ਕੀ ਕੀਤਾ ਕਿ ਆਹ ਪ੍ਰਾਣ ਥੰਬੌਰ ਦਾ ਜਿਹੜਾ ਹਾਕਮ ਸੀਗਾ ਉਹਦੇ ਵਿਰੁੱਧ ਮੁਹੰਮਦੀ ਅਗਵਾਈ ਕੀਤੀ ਸੀਗੀ ਉਹਨੇ ਖੁਦ ਆਪ ਰਣਥੰਬੌਰ ਦਾ ਜਿਹੜਾ ਚੋਹਾਨ ਹਾਕਮ ਸੀਗਾ ਉਹਨੇ ਦਸ਼ਮਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੀ ਜਦੋਂ ਮਤਲਬ ਜਲਾਲਉਦੀਨ ਨੂੰ ਫੀਲ ਹੋਇਆ ਕਿ ਉਹ ਹੁਣ ਕੀ ਆ ਕਿਲੇ ਉੱਤੇ ਜਿੱਤ ਪ੍ਰਾਪਤ ਕਰਨੀ ਜਿਹੜੀ ਬਹੁਤ ਔਖੀ ਆ ਤਾਂ ਉਹਨੇ ਕੀ ਸੀ ਆਪਣਾ ਘੇਰਾ ਚੱਕ ਲਿਆ ਤੇ ਆਪਣੀ ਸੈਨਾ ਸਾਥਿਤ ਕੀ ਸੀਗਾ ਦਿੱਲੀ ਵਾਪਸ ਪਰਤ ਆਇਆ ਸੀਗਾ ਇਹ ਤੋਂ ਬਾਅਦ ਹੈਗਾ ਸੁਲਤਾਨ ਨੇ 1292 ਈਸਵੀ ਵਿੱਚ ਚੋਹਾਨ ਰਾਜਪੁੱਤਾਂ ਤੋਂ ਮੰਦਾਵਰ ਦੇ ਕਿਲੇ ਨੂੰ ਜਿੱਤ ਕੇ ਦਿੱਲੀ ਵਿੱਚ ਜਿਹੜਾ ਸੀ ਸ਼ਾਮਿਲ ਕਰ ਲਿਆ ਸੀ ਫਿਰ ਹੈ ਜਲਾਲਉਦੀਨ ਦੇ ਸਮੇਂ ਵਿੱਚ ਮਗੋਲਾਂ ਨੇ ਅਬਦੁੱਲਾ ਜਿਹੜਾ ਕਿਹਦਾ ਸੀ ਕਿ ਇੱਕ ਮਗੋਲ ਸੀ ਹਲਾਕੂ ਹਲਾਕੂ ਦਾ ਪੋਤਾ ਸੀ ਇਹ ਦੀ ਅਗਵਾਈ ਹੇਠ ਭਾਰਤ ਉੱਤੇ ਹਮਲਾ ਕਰ ਦਿੱਤਾ ਤੇ ਜਿਹੜੇ ਮਗੋਲ ਸੀ ਹਮਲਾ ਕਰਕੇ ਕਿੱਥੇ ਤੱਕ ਪਹੁੰਚ ਗਏ ਸੀ ਸੁਨਾਮ ਤੱਕ ਆ ਪੁੱਜੇ ਸੀਗੇ ਸੁਲਤਾਨ ਨੇ ਆਪਣੀ ਸੈਨਾ ਸਮੇਤ ਮਗੋਲਾਂ ਨੂੰ ਹਰਾ ਦਿੱਤਾ ਹੁਣ ਕਿਸੀ ਕਿ ਮਗੋਲਾਂ ਦਾ ਜਿਹੜਾ ਸਰਦਾਰ ਸੀ ਅਬਦੁੱਲਾ ਉਹਨੇ ਸੁਲਤਾਨ ਨਾਲ ਕੀ ਸੀ ਸਮਝੌਤਾ ਕਰ ਲਿਆ ਤੇ ਉਹ ਇਹ ਦੂਜੇ ਪਾਸੇ ਜਿਹੜਾ ਕੀ ਸੀਗਾ ਹੈ ਨਾ ਹਲਾਕੂ ਸੀਗਾ ਉਹਦਾ ਇੱਕ ਹੋਰ ਪੁੱਤਾ ਸੀ ਉਲਕੂ ਉਹਦੀ ਅਗਵਾਈ ਹੇਠ ਮਗੋਲਾਂ ਦੇ ਇੱਕ ਦਲ ਨੇ ਇਸਲਾਮ ਧਰਮ ਜਿਹੜਾ ਸੀ ਉਹਨੂੰ ਅਪਣਾ ਲਿਆ ਤੇ ਭਾਰਤ ਵਿੱਚ ਰਹਿਣ ਦੀ ਇੱਛਾ ਜ਼ਾਹਿਰ ਕੀਤੀ ਸultan ਨੇ ਕੀ ਸੀਗਾ ਖੁਸ਼ੀ-ਖੁਸ਼ੀ ਮਗੋਲਾਂ ਨੂੰ ਆਪਣੇ ਪਰਿਵਾਰਾ ਸਮੇਤ ਦਿੱਲੀ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਦੇਖੋ ਹੁਣ ਤੱਕ ਜਿਹੜੇ ਪਹਿਲਾਂ ਜਿਹੜਾ ਦੇਖੋ ਹਿੰਦੂ ਤੋਂ ਮਸਿਹਾ ਹੋਇਆ ਠੀਕ ਹੈ ਉਹ ਤਾਂ ਮਗੋਲਾਂ ਤੋਂ ਡਰਦਾ ਹੀ ਰਿਹਾ ਉਹਨੇ ਕੋਈ ਪੰਗਾ ਨਹੀਂ ਲਿਆ ਉਹਨਾਂ ਦੇ ਨਾਲ ਫਿਰ ਬਲਬਨ ਜਿਹੜਾ ਸੀਗਾ ਉਹਨੇ ਜਿਹੜੀ ਸੀ ਹੁੰਦੇ ਲੋਹ ਦੀ ਨੀਤੀ ਅਪਣਾਈ ਸੀ ਠੀਕ ਆ ਉਹਨਾਂ ਨੂੰ ਦਬਾਉਣ ਦੇ ਲਈ ਬਟ ਇਹ ਜਿਹੜਾ ਸ਼ਾਸਕ ਸੀ ਇਹਦੇ ਰਾਜ ਕਾਲ ਵਿੱਚ ਕੀ ਸੀ ਕਿ ਮਗੋਲਾਂ ਨਾਲ ਸਮਝੌਤਾ ਹੋਣ ਲੱਗੇ ਸੀ ਤੇ ਉਹ ਰਾਜਧਾਨੀ ਵਿੱਚ ਰਹਿਣ ਲਈ ਵੀ ਇਜਾਜ਼ਤ ਮੰਗਣ ਲੱਗੇ ਸੀ ਤੇ ਇਹੀ ਮਗੋਲ ਜਦੋਂ ਰਾਜਧਾਨੀ ਵਿੱਚ ਰਹਿਣ ਲੱਗੇ ਤਾਂ ਇਨ੍ਹਾਂ ਮਗੋਲਾਂ ਨੂੰ ਨਵੇਂ ਮੁਸਲਮਾਨ ਕਿਹਾ ਜਾਣ ਲੱਗਿਆ 1293 ਵਿੱਚ ਜਲਾਲਉਦੀਨ ਦੇ ਭਤੀਜੇ ਅਲਾਉਦੀਨ ਜਲਾਲਉਦੀਨ ਦਾ ਭਤੀਜਾ ਕੌਣ ਸੀ ਅਲਾਉਦੀਨ ਖਿਲਜੀ ਜਿਹੜਾ ਅੱਗੇ ਜਾ ਕੇ ਇਹਦਾ ਉੱਤਰਾਧਿਕਾਰੀ ਬਣਿਆ ਠੀਕ ਆ ਉਹਨੇ ਭੀਲਸਾ ਦੇ ਕਿਲਿਆਂ ਨੂੰ ਜਿਹੜਾ ਸੀ ਫਤੇ ਕੀਤਾ ਤੇ ਇਥੋਂ ਉਸ ਨੂੰ ਕੀ ਸੀਗਾ ਬਹੁਤ ਸਾਰਾ ਧਨ ਪ੍ਰਾਪਤ ਹੋਇਆ ਸੀਗਾ ਉਹ ਕਿਲੇ ਨੂੰ ਫਤਿਹ ਕਰਨ ਤੋਂ ਬਾਅਦ ਉਸ ਦੀ ਸਜਿੱਤ ਤੋਂ ਪ੍ਰਭਾਵਿਤ ਹੋ ਕੇ ਸੁਲਤਾਨ ਨੇ ਉਸ ਨੂੰ ਕੜਾ ਤੋਂ ਇਲਾਵਾ ਪਹਿਲਾਂ ਤਾਂ ਸਿਰਫ ਉਹ ਕੜਾ ਦਾ ਹੀ ਸੁਬੇਦਾਰ ਸੀ ਉਹਨਾਂ ਨੂੰ ਆਬਦ ਦਾ ਵੀ ਸੁਬੇਦਾਰ ਨਿਯੁਕਤ ਕਰ ਦਿੱਤਾ 1295 ਈਸਵੀ ਵਿੱਚ ਅਲਾਉਦੀਨ ਨੇ ਸੁਲਤਾਨ ਦੀ ਆਗਿਆ ਦੇ ਬਿਨਾਂ ਹੀ ਦੇਵਗIRI ਤੇ ਹਮਲਾ ਕਰ ਦਿੱਤਾ ਤੇ ਦੇਵਗIRI ਦਾ ਹਾਕਮ ਜਿਹੜਾ ਰਾਮਚੰਦਰ ਦੇਵ ਸੀ ਉਹਨੂੰ ਹਰਾਉਣ ਤੋਂ ਪਿੱਛੋਂ ਉਹ ਬਹੁਤ ਸਾਰਾ ਸੋਨਾ ਚਾਂਦੀ ਮੋਤੀ ਤੇ ਹੀਰੇ ਲੈ ਕੇ ਵਾਪਸ ਆਇਆ ਸੀ ਅਲਾਉਦੀਨ ਖਿਲਜੀ ਤੇ ਜਲਾਲਉਦੀਨ ਨੂੰ ਜਦੋਂ ਮਤਲਬ ਉਸਦੇ ਭਤੀਜੇ ਤੇ ਉਹਦੇ ਜਵਾਈ ਅਲਾਉਦੀਨ ਖਿਲਜੀ ਨੇ 1296 ਈਸਵੀ ਵਿੱਚ ਆਪਣੇ ਭਰਾ ਅਲਮਾਸ ਬੇਗ ਦੀ ਮਦਦ ਨਾਲ ਕੜਾਮਾ ਨਿਕਪੁਰ ਇਲਾਹਾਬਾਦ ਵਿੱਚ ਕਤਲ ਕਰ ਦਿੱਤਾ ਸੀ ਦੇਖੋ ਹੁਣ ਇਹ ਕਤਲ ਪਤਾ ਕਿਵੇਂ ਕੀਤਾ ਜਦੋਂ ਮਤਲਬ ਉਹਨੂੰ ਇਹ ਪਤਾ ਲੱਗਿਆ ਕੀ ਉਹਦਾ ਜਿਹੜਾ ਭਤੀਜਾ ਵਾ ਉਹ ਜੇਤੂ ਹੋ ਕੇ ਕੜਾ ਵਾਪਸ ਆਇਆ ਵਾ ਠੀਕ ਆ ਤਾਂ ਉਲਗ ਖਾਂ ਦੀ ਸਲਾਹ ਮੰਨਦੇ ਹੋਏ ਜਲਾਲਉਦੀਨ ਵੀ ਜਿਹੜਾ ਸੀ ਉਹਨੂੰ ਵਧਾਈ ਦੇਣ ਲਈ ਦੱਖਣ ਵੱਲ ਚੱਲ ਪਿਆ ਸੀਗਾ ਤੇ ਨਾਲ ਹੀ ਉਹ ਕਹਿੰਦਾ ਸੀ ਕਿ ਮੈਂ ਉਹ ਤੋਂ ਆਪਣੇ ਧਨ ਦਾ ਹਿੱਸਾ ਵੀ ਪ੍ਰਾਪਤ ਕਰ ਲੂੰਗਾ ਇਹ ਉਦੇਸ਼ ਨਾਲ ਉਹ ਗਿਆ ਸੀ ਬਟ ਅਲਾਉਦੀਨ ਜਿਹੜਾ ਸੀਗਾ ਉਹਨੇ ਕੀ ਸੀ ਸੁਲਤਾਨ ਦੀ ਹੱਤਿਆ ਕਰਨ ਦੀ ਪਹਿਲਾਂ ਹੀ ਸਾਜ਼ਿਸ਼ ਰਚੀ ਹੋਈ ਸੀਗੀ ਜਦੋਂ ਜਲਾਲਉਦੀਨ ਨਾਲ ਉਹਦੀ ਮੁਲਾਕਾਤ ਹੋਈ ਉਹ ਤੋਂ ਪਿੱਛੋਂ ਜਿਹੜੇ ਅਲਾਉਦੀਨ ਦੇ ਦੋ ਸੈਨਿਕ ਸੀਗੇ ਠੀਕ ਆ ਸੁਲਤਾਨ ਉੱਤੇ ਅਲਾਉਦੀਨ ਦੇ ਦੋ ਸੈਨਿਕ ਸੀਗੇ ਉਹਨਾਂ ਨੇ ਬਾਹਰ ਕਰਤਾ ਤੇ ਉਹਦਾ ਸਿਰ ਜਿਹੜਾ ਸੀ ਧਾਰ ਤੋਂ ਅਲੱਗ ਕਰ ਦਿੱਤਾ ਅੱਗੇ ਮੈਂ ਤੁਹਾਨੂੰ ਪੜ੍ਹ ਕੇ ਵੀ ਸੁਣਾ ਦੇਣੀ ਇਸ ਤਰ੍ਹਾਂ ਅਲਾਉਦੀਨ ਖਿਲਜੀ ਨੇ ਆਪਣੇ ਜਿਹੜਾ ਚਾਚੇ ਦਾ ਕਤਲ ਕਰ ਦਿੱਤਾ ਤੇ ਬਾਅਦ ਵਿੱਚ 22 ਅਕਤੂਬਰ 1296 ਨੂੰ ਦਿੱਲੀ ਦੇ ਤਖਤ ਤੇ ਬਲਬੰਦ ਦੇ ਲਾਲ ਮਹਿਲ ਵਿੱਚ ਇਸ ਦੀ ਤਾਜਪੋਤੀ ਹੋਈਗੀ ਦੀ ਅਲਾਉਦੀਨ ਖਿਲਜੀ ਦੀ ਜਲਾਲਉਦੀਨ ਖਿਲਜੀ ਦਾ ਰਾਜ ਆ ਜਿਹੜਾ ਉਧਾਰਵਾਦੀ ਤਾਨਾਸ਼ਾਹੀ ਤੇ ਆਧਾਰਿਤ ਸੀਗਾ ਤੇ ਆਪਣੀ ਉਧਾਰਵਾਦੀ ਨੀਤੀ ਕਾਰਨ ਜਲਾਲਉਦੀਨ ਨੇ ਖੁਦ ਵੀ ਕਿਹਾ ਸੀਗਾ ਉਹਨੇ ਸਟੇਟਮੈਂਟ ਦਿੱਤੀ ਆ ਕਿ ਮੈਂ ਬੁੱਢਾ ਮੁਸਲਮਾਨ ਹਾਂ ਤੇ ਮੁਸਲਮਾਨਾਂ ਦਾ ਖੂਨ ਬਹਾਉਣਾ ਮੇਰੀ ਆਦਤ ਨਹੀਂ ਹੈ। ਅਮੀਰ ਖਸਰੋ ਤੇ ਇਮਾਮੀ ਜਿਹੜੇ ਦੋ ਵਿਦਵਾਨ ਨੇ ਠੀਕ ਆ ਉਹਨਾਂ ਨੇ ਜਲਾਲਉਦੀਨ ਖਿਲਜੀ ਨੂੰ ਘਾਤਕ ਵੀ ਕਿਹਾ ਹੈ। ਇਸ ਤੇ ਨਾਲ ਹੀ ਮੇਰਾ ਅੱਜ ਦਾ ਹੈ ਟੌਪਿਕ ਖਤਮ ਹੁੰਦਾ ਆ ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਆ ਨੈਕਸਟ ਵੀਡੀਓਸ ਥੈਂਕ ਯੂ